ਹਾਂਜੀ, ਇਹ ਤੇ ਖਰਚਾ ਕੁੱਲ ਮਿਲਾ ਕੇ 40,000 ਰੁਪਇਆ ਆਇਆ ਜੀ। 40,000 ਰੁਪਇਆ ਤੇ ਖਰਚਾ ਆ ਗਿਆ। ਹਾਂਜੀ ਠੀਕ ਹੈ ਜੀ। ਇਹਦੀ ਗਰੰਟੀ ਜਿਵੇਂ ਆਪਾਂ ਬਈ ਮਨਿਆਦ ਕਹੀਏ, ਇਹ ਕਿੰਨੀ ਕੁ ਮਨਿਆਦ ਹੈ ਜੀ ਇਹਦੀ? ਮਨਿਆਦ ਮੰਨ ਕੇ ਚਲੋ ਮਿਨੀਮਮ ਆਪਾਂ ਕਹਿ ਸਕਦੇ ਆ 20 ਸਾਲ ਦੀ ਆਪਾਂ ਮਨਿਆਦ ਕਹਿੰਦੇ ਹਾਂ ਜੀ। 20 ਸਾਲ ਦੀ ਇਹਦੀ ਮਨਿਆਦ ਆ। 85 ਰੁਪਏ ਵਾਲਾ ਵਾਂਸ ਪਾਉਣੇ ਲੋਕ ਪਾਉਂਦੇ ਆ, 40-45 ਵਾਲਾ ਕੱਚਾ ਤੇ ਹਰਾ ਵਾਂਸ ਜਿਹਨੂੰ ਸਿਉਂਕ ਪੈ ਜਾਂਦੀ ਆ। ਅੱਛਾ, ਇਹਨੂੰ ਸਿਉਂਕ ਵੀ ਨਹੀਂ ਪੈਂਦੀ? ਇਹਨੂੰ ਬਈ ਯਾਰ ਜਿਹੜਾ ਆਪਾਂ ਭੱਠੀ ਦਾ ਨਹੀਂ ਕੱਢ ਕੇ ਆਪਾਂ ਕੈਮੀਕਲ ਲੱਗਦਾ ਹੁੰਦਾ ਇੱਕ, ਠੀਕ ਹੈ ਵੀਰੇ, ਉਹ ਕੈਮੀਕਲ ਲਾ ਕੇ ਜੋ ਟਪਾ ਦਿੰਦੇ ਆ ਫਿਰ ਛੇਤੀ ਸਿਉਂਕ ਵੀ ਨਹੀਂ ਪੈਂਦੀ ਇਹਨੂੰ। ਠੀਕ ਹੈ। ਅਤੇ ਜੜ ਵਾਲਾ ਵਾਂਸ ਹੁੰਦਾ, ਉਹਦੇ 'ਤੇ ਵੇਟ ਜਿੰਨਾ ਮਰਜ਼ੀ ਪਾ ਲਓ। ਸ਼ੈੱਡ ਆਪਾਂ 700-800 ਸਕੁਏਅਰ ਫੁੱਟ ਦਾ ਸ਼ੈੱਡ ਵਿਖਾਈ ਜਾਂਦੇ ਹਾਂ, ਸਿਰਫ 40,000 'ਚ। ਇਹ ਝੋਬੜੀ ਬਣਾਉਣੀ ਹੋਵੇ 15x15 ਦੀ 22 ਉਹ ਰੁਪਈਆ ਜਾਵੜ ਦੀ 50,000 ਦੀ, ਆਪਾਂ ਸ਼ੌਂਕ ਦਾ ਮੁੱਲ ਨਹੀਂ ਹੈਗਾ, ਇਹ ਕੰਮ ਸ਼ੌਂਕੀ ਬੰਦੇ ਦਾ ਹੀ ਆ। ਆਪਾਂ ਜਿਹੜੀ ਆਪਾਂ ਫਰਸ਼ ਵੇਖੀ ਜਾਂਦੇ ਹਾਂ, ਲੋਕ ਕਹਿ ਦਿੰਦੇ ਵੀ ਇੱਟ ਨਾਲੋਂ ਮਹਿੰਗੀ ਪੈਂਦੀ ਆ, ਇੱਟ ਨਾਲੋਂ ਬਈ ਇਹ ਸਸਤੀ ਪੈਂਦੀ ਹੈਗੀ, ਅਤੇ ਨਾਲ ਇਹ ਬਈ 100 ਮਿੰਟ 'ਚ ਜਾਂਦੀ। ਇੱਟ ਨਾਲੋਂ ਸਸਤੀ ਪੈਂਦੀ? ਇੱਟ ਨਾਲੋਂ ਸਸਤੀ ਪੈਂਦੀ ਆ ਬਈ, ਇਹ ਮਾਰਜਨ ਕੱਢ ਕੇ ਦੇਖਿਆ ਵੇ ਆਪਣਾ। ਨਹੀਂ, ਇਹ ਬਹੁਤ ਲੋਕ ਕਹਿੰਦੇ ਵੀ ਇਹ ਇੱਟ ਨਾਲ ਨਾ ਮਹਿੰਗੀ, ਕਮੈਂਟ ਤੁਹਾਨੂੰ ਆਉਣਗੇ ਬਾਈ ਯਾਰ ਮਹਿੰਗੀ ਪੈਂਦੀ ਆ, ਪਰ ਇਹ ਬਾਈ ਸਸਤੀ ਪੈਂਦੀ ਆ। ਜਿੱਤ ਮੰਨ ਕੇ ਚੱਲੋ ਇੱਕ ਆਪਣੀ ਨਿਸ਼ਾਨੀ ਆ ਕੰਮ ਦੀ, ਇਹ ਫਰਸ਼ ਹੀ ਮਿਲੂਗਾ ਬਾਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਆਪਾਂ ਖੜੇ ਹਾਂ ਜੀ ਬਰਾੜ ਡੇਅਰੀ ਫਾਰਮ ਦੇ ਵਿੱਚ, ਪਿੰਡ ਦੋਦੇ ਦੇ ਵਿੱਚ। ਅਤੇ ਜਿਵੇਂ ਕਿ ਆਪਾਂ ਤੁਹਾਨੂੰ ਸ਼ੈੱਡ ਵਿਖਾਈ ਜਾਂਦੇ, ਆਪਾਂ ਹੋਰ ਵੀ ਵੀਡੀਓ ਪਾਈਆਂ, ਅਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਸ਼ੈੱਡ ਵਿਖਾਉਣਾ। ਇਹਦੇ ਖਰਚੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨਾ ਖਰਚਾ ਆ ਗਿਆ, ਅਤੇ ਪਸ਼ੂਆਂ ਵਾਸਤੇ ਇਹ ਕਿਵੇਂ ਰਹਿੰਦਾ, ਕਿੰਨੀ ਇਹਦੀ ਲੰਬਾਈ ਚੜਾਈ ਹੈ, ਅਤੇ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ। ਸੋ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ। ਅਤੇ ਹੁਣ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਦੇ ਹਾਂ, ਅਤੇ ਪੁੱਛਦੇ ਹਾਂ ਵੀ ਇਹ ਸ਼ੈੱਡ ਬਣਾਉਣ 'ਚ ਕਿੰਨਾ ਖਰਚਾ ਆ ਗਿਆ, ਅਤੇ ਇਹ ਪਸ਼ੂਆਂ ਵਾਸਤੇ ਕਾਮਯਾਬ ਹੈਗਾ ਜਾਂ ਹੈ ਨਹੀਂ। ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਅੱਜ ਆਪਾਂ ਦੋਦੇ ਪਿੰਡ ਦੇ ਵਿੱਚ ਖੜੇ ਹਾਂ, ਬਰਾੜ ਡੇਅਰੀ ਫਾਰਮ ਦੇ ਵਿੱਚ। ਹਾਂ ਬਾਈ। ਅਤੇ ਆਪਾਂ ਅੱਜ ਸ਼ੈੱਡ ਵਿਖਾਈ ਜਾਂਦੇ ਹਾਂ ਸੁਬਾਹ ਦੇ ਹੀ। ਇੱਦੂ ਪਹਿਲਾਂ ਆਪਾਂ 3 ਸ਼ੈੱਡ ਵਿਖਾ ਚੁੱਕੇ ਹਾਂ, ਅਤੇ 15x30 ਦਾ ਦਿਖਾਇਆ ਸੀ, ਅੱਡੋ ਅੱਡ ਸਾਈਜ਼ ਆ ਸਾਰਿਆਂ ਦੇ, ਉਸੇ ਹਿਸਾਬ ਨਾਲ ਹੀ ਉਹਨਾਂ ਦਾ ਖਰਚਾ ਹੈ ਨਾ। ਹਾਂਜੀ। ਅਤੇ ਇਹ ਸ਼ੈੱਡ ਆ ਜਿਹੜਾ, ਇਹਦੇ ਵਿੱਚ ਕੀ ਖਾਸ ਗੱਲ ਹੈ ਵੀ ਜਿਹੜਾ ਆਪਾਂ ਅੱਜ ਇਹ ਸ਼ੈੱਡ ਵੀ ਆਪਣੇ ਦਰਸ਼ਕਾਂ ਨੂੰ ਦਿਖਾਉਣਾ? ਇਹ ਤਾਂ ਬਸ ਇੱਕ ਤਾਂ ਹੀ ਸਾਈਜ਼ ਵੱਡਾ, ਇਹ ਹੈਗਾ ਗਾ 42 ਫੁੱਟ ਲੰਬਾ। 42 ਫੁੱਟ ਲੰਮਾ ਹੈ ਤੇ 18 ਫੁੱਟ ਚੌੜਾ। 18 ਫੁੱਟ ਚੌੜਾ। ਤੇ ਬਾਕੀ ਇਹਦੇ 'ਚ ਇੱਕ ਬਸ ਖੂਬੀਆਂ ਤਾਂ ਉਹੀ ਆ, ਤੇ ਫਾਇਦੇ ਬਾਈ ਆਪਾਂ ਨੂੰ ਘਰ ਵਾਲਾ ਦੱਸੂ। ਆਪਾਂ ਪਾ ਕੇ ਗਏ ਸੀ ਸ਼ੈੱਡ ਅੱਜ ਤੋਂ ਸਾਲ ਪਹਿਲਾਂ, ਇਹ ਸ਼ੈੱਡ ਸਾਲ ਦੀ ਪੁਰਾਣੀ। ਆਪਾਂ ਸਾਲ ਹੋ ਗਿਆ ਇਹਨੂੰ, ਸਾਲ ਹੋ ਗਿਆ। ਜਿਹੜੀ ਵੀ ਕੋਈ ਗੱਲਬਾਤ ਆਪਾਂ ਨੂੰ ਬਾਈ ਦੱਸ ਦੂਗਾ ਵੀ ਮੈਨੂੰ ਆਹ ਪ੍ਰੋਬਲਮ ਆਈ ਆ, ਸਾਰੀ ਗੱਲ ਦੱਸੂਗਾ ਹੈ ਨਾ, ਪੁੱਛ ਲਾਂਗੇ ਆਪਾਂ ਬਾਈ। ਨਹੀਂ ਤੇ ਇਹ ਸ਼ੈੱਡ ਦੇ ਜਿਵੇਂ ਪਰਲੇ ਪਾਸੇ ਉਧਰ ਉਹ ਦੂਜਾ ਬਰਾਂਡੇ ਜੇ ਬਣੇ ਹੋਏ ਆਪਣੇ, ਹੈ ਨਾ, ਇਹ ਕੰਧ ਮੈਨੂੰ ਲੱਗਦਾ ਪਹਿਲਾਂ ਦੀ ਹੋਣੀ ਹੈ ਇਹ। ਤੇ ਇਹ ਫਿਰ ਆਪਾਂ ਜਿਹੜਾ ਇਹ ਸ਼ੈੱਡ ਹੈ ਤਾਂ ਵਿਚਾਲੇ ਹੀ ਆਪਾਂ ਛੱਤਿਆ ਹੈ ਨਾ, ਇਹ ਫਿਰ ਖਰਚੇ ਦਾ ਵੀ ਫਰਕ ਪਿਆ ਹੋਣਾ, ਘੱਟ ਆਇਆ ਹੋਣਾ ਨਾ ਖਰਚਾ ਉਸ ਹਿਸਾਬ। ਖਰਚਾ ਤੇ ਇਹਦੇ ਤੇ ਮੰਨ ਕੇ ਚੱਲੋ ਗਾਡਰ ਬਾਈ ਕੋਲੇ ਪਏ ਸੀਗੇ ਤੇ ਛੱਤ ਤਿਆਰ ਕੀਤੀ ਆ। ਠੀਕ ਹੈ। ਤੇ ਹੁਣ ਆਪਾਂ ਫਿਰ ਬਾਈ ਨਾਲ ਹੀ ਗੱਲਬਾਤ ਕਰਦੇ ਹਾਂ, ਤੇ ਆ ਮੈਕ ਦੇ ਦਿਓ ਇਹਨਾਂ ਨੂੰ, ਤੇ ਇਹ ਆਪਾਂ ਨੂੰ ਸ਼ੈੱਡ ਦੀ ਡਿਟੇਲ ਦੱਸਣਗੇ ਵੀ ਕਿਉਂ ਇਹਨਾਂ ਨੇ ਇਹ ਬਣਵਾਇਆ, ਕਾਰਨ ਕੀ ਸੀਗਾ, ਤੇ ਬਾਕੀ ਖਰਚਾ ਕਿੰਨਾ ਕੁ ਗਿਆ। ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਆਪਣਾ ਜਿਹੜਾ ਇਹ ਸ਼ੈੱਡ ਹੈ, ਪਹਿਲਾਂ ਤਾਂ ਆਪਾਂ ਇਹ ਜਾਣਦੇ ਹਾਂ ਵੀ ਇਹ ਆਪਾਂ ਬਣਾਇਆ ਕਿਉਂ ਸੀ, ਵੀ ਕਾਰਨ ਕੀ ਸੀ ਇਹਦੇ ਪਿੱਛੇ ਬਣਾਉਣ ਦੇ, ਕਿਉਂਕਿ ਸ਼ੈੱਡ ਤਾਂ ਟੀਨਾ ਵਾਲੇ ਜਾਂ ਫਿਰ ਬੰਦੇ ਕਹਿੰਦੇ ਵੀ ਆਪਾਂ ਦੂਜਾ ਹੀ ਸ਼ੈੱਡ ਪੂਰਾ ਤਕੜਾ ਕੰਮ ਹੀ ਕਰ ਲਈਏ, ਹੈ ਨਾ, ਵੀ ਇਹ ਜਿਹੜਾ ਕਾਨਿਆਂ ਵਾਲਾ ਸ਼ੈੱਡ ਹੈ ਨਾ, ਇਹਨੂੰ ਆਪਾਂ ਤਕੜਾ ਨਹੀਂ ਮੰਨਦੇ ਸੀ ਪਹਿਲਾਂ, ਪਰ ਮੈਂ ਵੇਖ ਕੇ ਆਇਆ ਸ਼ੈੱਡ ਜਿਹੜੇ ਉਹ ਬਹੁਤ ਮਜ਼ਬੂਤ ਆ। ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਹਾਂਜੀ। ਤੁਹਾਡੇ ਵੇਖਣ ਵਾਲਿਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਇੱਕ ਤਾਂ ਜੀ ਥੋੜ੍ਹਾ ਜਿਹਾ ਆਪਾਂ ਕੰਮ ਵਧਾਉਣਾ ਸੀਗਾ ਪਸ਼ੂਆਂ ਦਾ, ਦੂਜੀ ਗੱਲ ਸੀਗੀ, ਅਤੇ ਇੱਕ ਗਰਮੀ ਤੋਂ ਥੋੜ੍ਹਾ ਜਿਹਾ ਡਰਦਿਆਂ ਨੇ ਬਣਾਇਆ ਇਹ। ਠੀਕ ਹੈ, ਵੀ ਇਹ ਠੰਡਾ ਰਹੂਗਾ? ਹਾਂ, ਪਹਿਲਾਂ ਸਾਡਾ ਇਰਾਦਾ ਸੀ ਵੀ ਅਸੀਂ ਟੀਨਾ ਹੀ ਪਾਜੇ। ਇੱਕ ਤਾਂ ਮੇਰਾ ਲਿਆਜੀ ਹੈ ਜੀ ਇਹ। ਠੀਕ ਹੈ ਜੀ, ਮਿਸਤਰੀ। ਦੂਜੀ ਗੱਲ, ਪਹਿਲਾਂ ਅਸੀਂ ਪਾਉਂਦੇ ਸੀ ਮੰਨ ਕੇ ਚੱਲੋ ਟੀਨਾ ਵਾਲਾ ਹੀ। ਠੀਕ ਹੈ, ਟੀਨਾ ਵਾਲਾ ਪਾਉਂਦੇ ਸੀ, ਅਤੇ ਬਾਅਦ 'ਚ ਇਹਦੇ ਨਾਲ ਮੈਂ ਰਾਏ ਕੀਤੀ ਵੀ ਆਪਾਂ ਐਂ ਕਰਕੇ ਕੰਮ ਵਧਾਉਣਾ, ਅਤੇ ਵੀ ਤੁਸੀਂ ਦੱਸੋ ਇਹਦੇ ਬਾਰੇ ਕੁਛ। ਇਹਨਾਂ ਨੇ ਸਾਨੂੰ ਇਹਦੀ ਸਲਾਹ ਦਿੱਤੀ, ਕਹਿੰਦੇ ਮੇਰੀ ਗਰੰਟੀ ਹੈ, ਉਹ ਮਰਜ਼ੀ ਹੋ ਜੇ। ਠੀਕ ਹੈ। ਅਤੇ
ਅਸੀਂ ਚਲੋ ਇਹਦੇ ਮਗਰ ਲੱਗ ਕੇ ਵੀ ਇਹ ਪਾਇਆ, ਸਾਨੂੰ ਹੁਣ ਮੰਨ ਕੇ ਚਲੋ 100% ਫਾਇਦਾ ਇਹਦਾ। ਨਹੀਂ ਫਾਇਦਾ ਕਿਸ ਪੱਖੋਂ ਫਾਇਦਾ ਇਹਦਾ ਵੀ, ਇਹ ਠੰਡਾ ਰਹਿੰਦਾ? ਇੱਕ ਤਾਂ ਠੰਡਾ ਰਹਿੰਦਾ ਜੀ, ਤੇ ਇੱਕ ਮੰਨ ਕੇ ਚਲੋ ਹੁਣ ਗਰਮੀ ਬਹੁਤ ਜ਼ਿਆਦਾ ਹੈਗੀ, ਬਹੁਤ ਜ਼ਿਆਦਾ ਆ, ਇਹਦੇ 'ਚ ਮੰਨ ਕੇ ਚਲੋ ਲੋ ਵਗਦੀ ਹੈ, ਕੋਈ ਮਹਿਸੂਸ ਨਹੀਂ ਹੁੰਦੀ ਆਪਾਂ ਨੂੰ ਵੀ ਲੋ ਵਗ ਰਹੀ ਹੈਗੀ, ਵੀ ਠੰਡਾ ਰਹਿੰਦਾ ਹੈਗਾ। ਠੀਕ ਹੈ ਜੀ। ਤੇ ਇੱਕ ਹੋਰ ਵੀ ਫਾਇਦਾ ਜੀ, ਇਹ 'ਚ ਜਾਨਵਰ ਬਹੁਤ ਰਹਿੰਦੇ ਆ, ਜਾਨਵਰ ਪੰਛੀ ਨੇਚਰ ਪ੍ਰਾਕਿਰਤਿਕ ਮਾਹੌਲ ਹੋ ਗਿਆ ਨਾ ਆਪਣੇ। ਠੀਕ ਹੈ ਜੀ। ਤੇ ਮੇਨ ਗੱਲ ਤੁਸੀਂ ਕਹੀ ਵੀ ਇਹ ਠੰਡਾ ਰਹਿੰਦਾ, ਤੇ ਇਹਦੀ ਜੇ ਆਪਾਂ ਮਜ਼ਬੂਤੀ ਦੀ ਗੱਲ ਕਰੀਏ ਹੈ ਨਾ, ਇਹਦੇ ਵਿੱਚ ਤੁਹਾਨੂੰ ਪਹਿਲਾਂ ਡਾਊਟ ਹੋਣਾ ਵੀ ਇਹ ਜਿਵੇਂ ਇਹ ਤਾਂ ਵੀ ਕੱਚਾ ਜਿਹਾ ਕੰਮ ਆ ਹੈ ਨਾ, ਇਹ ਬਹੁਤ ਲੋਕਾਂ ਦੇ ਡਾਊਟ ਹੁੰਦਾ ਵੀ ਆਪਾਂ ਅਰਕਾਨਿਆਂ ਵਾਲਾ ਸ਼ੈੱਡ ਪਾਉਣ ਨਾਲੋਂ ਪੱਕਾ ਕੰਮ ਹੀ ਕਰ ਲਈਏ, ਉਹਨਾਂ ਵਾਸਤੇ ਆਪਾਂ ਕੀ ਕਹਾਂਗੇ ਵੀ ਇਹ ਕੰਮ ਵੀ ਪੱਕਾ ਹੀ ਹੈਗੇ ਆਪਣਾ? ਬਹੁਤ ਜ਼ਿਆਦਾ ਪੱਕਾ ਜੀ। ਜੇ ਮਿਸਤਰੀ ਚਾਹੀਦਾ ਤਾਂ ਕੰਮ ਸਿਰੇ ਦਾ ਹੀ ਹੈ। ਠੀਕ ਹੈ। ਕਿਉਂਕਿ ਬਾਈ ਨੇ ਆਪਾਂ ਨੂੰ ਗਰੰਟੀ ਫੁੱਲ ਦਿੱਤੀ ਸੀ ਇਹ ਕੰਮ ਦੀ, ਤੇ ਬਾਈ ਇਸ ਗੱਲੋਂ ਖਰਾਬੀ ਉਤਰਿਆ ਆਪਦੀ ਗੱਲ 'ਤੇ। ਠੀਕ ਹੈ ਜੀ। ਅਤੇ ਇਹਦੀ ਗਰੰਟੀ ਜਿਵੇਂ ਆਪਾਂ ਬਾਈ ਮਨਿਆਦ ਕਹੀਏ, ਇਹ ਕਿੰਨੀ ਕੁ ਮਨਿਆਦ ਹੈ ਜੀ ਇਹਦੀ? ਮਨਿਆਦ ਮੰਨ ਕੇ ਚਲੋ ਮਿਨੀਮਮ ਆਪਾਂ ਕਹਿ ਸਕਦੇ ਹਾਂ 20 ਸਾਲ ਦੀ ਆਪਾਂ ਮਨਿਆਦ ਕਹਿੰਦੇ ਹਾਂ। 20 ਸਾਲ ਦੀ ਇਹਦੀ ਮਨਿਆਦ ਆ। ਬਾਕੀ ਬਾਈ ਬਾਈ ਦੀਆਂ ਗਾਈਆਂ ਕੋਈ ਫੌਗਰ ਲੱਗਿਆ ਦੇਖੋ, ਕੋਈ ਹਵਾ ਚੱਲ ਰਹੀ ਆ, ਬੈਠੇ ਆ ਪਸ਼ੂ, ਬਰੀਡ ਆ ਬਾਈ ਕੋਲ। ਤੇ ਤੁਸੀਂ ਇਹਦੀ 20 ਸਾਲ ਦੀ ਗਰੰਟੀ ਕਹਿੰਦੇ ਹੋ ਹਨਾ, ਤੇ ਕਿੰਨੇ ਏਰੀਆ 'ਚ ਦਾ ਆਪਾਂ ਦੱਸਿਆ ਸੀ ਸ਼ੈੱਡ ਵੀ, ਕਿੰਨੇ ਬਾਈ ਕਿੰਨੇ ਦਾ ਇਹ? 18x42 ਦਾ ਜੀ। 18x42 ਦਾ ਹਨਾ। ਹਾਂਜੀ। ਤੇ ਇਹਦੇ ਵਿੱਚ ਖਰਚਾ ਕਿੰਨਾ ਕੁ ਆ ਗਿਆ ਹੋਣਾ ਜੀ, ਆਪਾਂ ਖਰਚੇ ਦੀ ਗੱਲ ਕਰੀਏ? ਇਹ ਤੇ ਖਰਚਾ ਕੁੱਲ ਮਿਲਾ ਕੇ 40,000 ਰੁਪਇਆ ਆਇਆ ਜੀ। 40,000 ਰੁਪਇਆ ਤੇ ਖਰਚਾ ਆ ਗਿਆ। ਹਾਂਜੀ। ਠੀਕ ਹੈ ਜੀ। ਤੇ 20 ਸਾਲ ਤੁਸੀਂ ਇਹਦੀ ਮਨਿਆਦ ਆਖੀ ਹੈ ਹਨਾ, ਠੰਡਾ ਰਹਿੰਦਾ ਇਹ ਪਸ਼ੂ, ਆਪਾਂ ਬਾਕੀ ਵੇਖ ਸਕਦੇ ਹਾਂ ਵਧੀਆ ਬੈਠੇ ਆ, ਤੇ ਗਰਮੀ ਦੇ ਵਿੱਚ ਇਹ ਠੰਡਾ ਰਹਿੰਦਾ। ਹਾਂਜੀ। ਤੇ ਸਿਆਲ ਦੇ ਵਿੱਚ ਇਹ ਗਰਮ ਰਹਿੰਦਾ ਹਨਾ। ਤੇ ਬਾਈ ਜੀ ਆਪਾਂ ਸ਼ੈੱਡ ਦੀ ਤਾਂ ਗੱਲ ਕਰ ਲਈ ਹਨਾ, ਵੀ 40,000 ਰੁਪਇਆ ਤੁਸੀਂ ਦੱਸਿਆ ਇਹਦੀ ਛੱਤ ਤੇ ਖਰਚਾ ਆ ਗਿਆ, ਤੇ ਇਹ ਤਾਂ ਪਹਿਲਾਂ ਹੀ ਕੰਧਾਂ ਬਾਈ ਕਹਿੰਦਾ ਆਪਣੇ ਪਹਿਲਾਂ ਹੀ ਸਹੀ ਆ, ਤੇ ਬਾਕੀ ਜਿਹੜਾ ਆਹ ਕੰਮ ਕਰਿਆ ਥੱਲੇ ਫਰਸ਼ ਦਾ, ਜੇ ਇਹ ਸਾਰਾ ਆਪਾਂ ਕੰਪਲੀਟ ਵੀ ਕਰ ਦਿੰਨੇ ਆ? ਹਾਂਜੀ, ਇਹ ਬਰਾੜ ਨਾਲ ਆਪਣੀ ਲਿਆਏ ਆ ਆਪਾਂ, ਕੰਟਰੈਕਸ਼ਨ ਦਾ ਕੰਮ ਬਈ, ਇਹ ਪਹਿਲਾ ਛੱਡ ਆ ਬਈ ਆਪਣਾ ਯਾਰ। ਅੱਛਾ, ਆਪਾਂ ਇਸ ਤੌਰ ਤੇ ਇਹ ਪਹਿਲਾ ਛੱਡ ਪਾਇਆ ਸੀ, ਇੱਥੇ ਆਪਾਂ ਕੰਮ ਸਟਾਰਟ ਕਰਿਆ ਸੀ, ਇੱਥੋਂ ਸਟਾਰਟ ਕੀਤਾ ਜੀ, ਅੱਜ ਤੋਂ ਸਾਲ ਪੁਰਾਣੀ ਆਪਾਂ ਵੀਡੀਓ ਆਪਾਂ ਚੱਕੀ ਜਾਂਦੇ ਆ, ਤੇ ਨਕਸ਼ਾ ਸਾਰਾ ਬਰਾੜ ਦਾ ਹੀ ਆ। ਠੀਕ ਹੈ। ਨਕਸ਼ਾ ਬਾਈ ਨੇ ਕਹਿੰਦਾ ਯਾਰ ਬਣਾਉਣਾ ਅਲੱਗ ਹੀ ਆ, ਛੋਟਾ ਬਣਾਉਣਾ ਚੀਜ਼ ਸੋਹਣੀ ਬਣੇ, ਮੈਂ ਕਿਹਾ ਵੀ ਇਹ ਵੇਖਿਆ ਸੀ ਇਹ ਪ੍ਰੋਜੈਕਟ ਸਾਰਾ, ਠੀਕ ਹੈ, ਇਹ 'ਚ 11 ਗਾਈਆਂ ਦਾ ਪ੍ਰੋਜੈਕਟ ਬਣਾ ਕੇ ਦਿੱਤਾ ਇਹਨੂੰ। ਅੱਛਾ, 11 ਪਸ਼ੂ ਇਹਦੇ ਵਿੱਚ? 11 ਪਸ਼ੂ ਆ। ਤੇ ਇਹ ਆ ਜਿਹੜੇ ਆ ਕਿਊਬੀਕਲ ਲੱਗੇ ਹਨਾ ਵਿੱਚ, ਤੇ ਗ੍ਰਿਲ ਗਰੁੱਲ ਇਹ ਕੰਮ ਵੀ ਆਪਾਂ ਕਰ ਦਿੰਦੇ ਹਾਂ ਆਪ? ਇਹ ਲੋਹੇ ਦਾ ਕੰਮ ਸਾਡੇ ਲਿਆ ਜ਼ੋਰ ਸੀ ਬਣਾ ਦਿੱਤਾ, ਕਸਿਆ ਸੀ ਆਪ ਹੀ ਸਾਰਾ ਕੁਛ, ਖੱਟ ਅਸੀਂ ਆਪ ਕੀਤਾ ਜੀ, ਲੋਹਾ ਅਸੀਂ ਬਣਵਾ ਲਿਆ ਸੀ। ਠੀਕ ਹੈ। ਇਹਦਾ ਅਲੱਗ ਤੋਂ ਖਰਚਾ? ਹਾਂਜੀ, ਆਪਾਂ ਜਿਹੜੀ ਆਪਾਂ ਫਰਸ਼ ਵੇਖੀ ਜਾਂਦੇ ਹਾਂ, ਲੋਕ ਕਹਿ ਦਿੰਦੇ ਵੀ ਇੱਟ ਨਾਲੋਂ ਮਹਿੰਗੀ ਪੈਂਦੀ ਆ, ਇੱਟ ਨਾਲੋਂ ਬਈ ਇਹ ਸਸਤੀ ਪੈਂਦੀ ਹੈਗੀ, ਅਤੇ ਨਾਲ ਇਹ ਬਈ 100 ਮਿੰਟ 'ਚ ਜਾਂਦੀ ਹੈ, ਇੱਟ ਨਾਲੋਂ ਸਸਤੀ ਪੈਂਦੀ, ਇੱਟ ਨਾਲੋਂ ਸਸਤੀ ਪੈਂਦੀ ਹੈ ਬਈ, ਇਹ ਮਾਰਜਨ ਕੱਢ ਕੇ ਦੇਖਿਆ ਵੇ ਆਪਣਾ। ਨਹੀਂ, ਇਹ ਬਹੁਤ ਲੋਕ ਕਹਿੰਦੇ ਵੀ ਯਾਰ ਇਹ ਕਮੈਂਟ ਤੁਹਾਨੂੰ ਆਉਣਗੇ ਬਾਈ ਯਾਰ ਮਹਿੰਗੀ ਪੈਂਦੀ ਆ, ਪਰ ਬਾਈ ਸਸਤੀ ਪੈਂਦੀ ਆ, ਜਿੱਤ ਮੰਨ ਕੇ ਚੱਲੋ ਇੱਕ ਆਪਣੀ ਨਿਸ਼ਾਨੀ ਆ ਕੰਮ ਦੀ, ਇਹ ਫਰਸ਼ ਹੀ ਮਿਲੂਗਾ ਬਾਈ। ਠੀਕ ਆ। ਹਾਂ, ਤੇ ਬਾਕੀ ਬਾਈ ਦਾ ਜਿਹੜਾ ਪ੍ਰੋਜੈਕਟ ਆ ਉਹਦਾ ਬਣਿਆ ਗਾਈਆਂ ਵਾਲਾ, ਇੱਧਰਲੇ ਪਾਸੇ ਬਣਾ ਕੇ ਤਾਂ ਪਰਲੇ ਪਾਸੇ ਵੱਛੀਆਂ ਵਾਲਾ ਵੀ ਬਣਿਆ। ਠੀਕ ਹੈ, ਉਹ ਪਰਲੇ ਪਾਸੇ ਵੱਛੀਆਂ ਵਾਲਾ। ਠੀਕ ਹੈ। ਤੇ ਬਾਈ ਜੀ ਇਹ ਡਿਟੇਲ ਤਾਂ ਆਪਾਂ ਇਹਦੀ ਦੱਸਤੀ ਹੈ ਨਾ, ਇਹਦੀ ਲੰਬਾਈ ਚੜਾਈ ਵੀ ਦੱਸਤੀ, ਇਹਦਾ ਖਰਚਾ ਵੀ ਦੱਸਤਾ ਆਪਾਂ, ਇਹਦੇ ਫਾਇਦੇ ਵੀ ਦੱਸਤੇ, ਇਹਦੀ ਮਨਿਆਦ ਵੀ ਦੱਸਤੀ, ਤੇ ਇੱਕ ਆਪਾਂ ਚੀਜ਼ ਸੱਚ ਰਹਿ ਗਈ ਸੀ ਵੀ ਆਪਾਂ ਕਿੰਨੇ ਲੇਅਰਾਂ ਦੇ ਵਿੱਚ ਬਣਿਆ, ਇਹ ਵੀ ਤੁਸੀਂ ਦੱਸਿਆ ਵੀ ਆਪਣਾ ਪਹਿਲਾ ਸ਼ੈੱਡ ਸੀ, ਜਿਹੜੇ ਆਪਾਂ ਬਾਅਦ 'ਚ ਸ਼ੈੱਡ ਬਣਾਏ ਉਹ ਤਾਂ ਤੁਸੀਂ ਮੈਨੂੰ ਦੱਸਿਆ ਸੀਗਾ ਵੀ ਆਪਾਂ 6-7 ਲੇਅਰਾਂ ਬਣਾ ਦਿੰਦੇ ਹਾਂ ਹਨਾ, ਇਹਦੇ ਵਿੱਚ ਵੀ ਆਪਾਂ ਉਹੀ ਕੰਮ ਕੀਤਾ ਵੀ ਉੱਤੇ ਇਹਦੇ ਮਿੱਟੀ ਪਾਈ ਹੋਈ ਹੈ, ਪ੍ਰੋਸੈਸ ਸੇਮ ਹੀ ਹੈ ਸਾਰਾ। ਠੀਕ ਹੈ। ਪ੍ਰੋਸੈਸ ਉਵੇਂ ਹੀ ਆਪਾਂ, ਥੱਲੋਂ ਜਾਲੀ ਦਾ ਡਿਜ਼ਾਈਨ ਤੇ ਥੱਲੋਂ ਲੁੱਕ ਬਹੁਤ ਵੱਖਰੀ ਦਿੱਤੀ ਵੀ ਆ,
ਤੇ ਬਾਕੀ ਰਹੀ ਬਾਈ ਉਹ ਕਈ ਮੈਨੂੰ ਵੀਰ ਨਾ ਕਮੈਂਟ ਬਹੁਤ ਕਰਦੇ ਆ, ਕਹਿ ਦਿੰਦੇ ਆ ਬਾਈ ਯਾਰ ਵੀ ਤੂੰ ਗੱਪ ਮਾਰੀ ਇੰਨਾ ਵੀ ਇੰਨੇ ਦਾ ਸਮਾਨ ਅਸੀਂ ਲਿਆਂਦਾ ਸੀਗਾ ਬਾਈ ਸਾਡਾ ਇੰਨਾ ਏਰੀਆ ਸੀ, ਪਰ ਬਾਈ ਕੁਆਲਿਟੀ ਮੈਂ ਆਪਾਂ 85 ਰੁਪਏ ਵਾਲਾ ਵਾਸ ਪਾਉਣੇ, ਲੋਕ ਪਾਉਂਦੇ ਆ 40-45 ਵਾਲਾ ਕੱਚਾ ਤੇ ਹਰਾ ਵਾਂ ਜਿਹਨੂੰ ਸਿਉਂਕ ਪੈ ਜਾਂਦੀ ਆ। ਅੱਛਾ ਇਹਨੂੰ ਸਿਉਂਕ ਵੀ ਨੀ ਪੈਂਦੀ? ਇਹਨੂੰ ਬਾਈ ਯਾਰ ਜਿਹੜਾ ਆਪਾਂ ਭੱਠੀ ਦਾ ਨੀ ਕੱਢ ਕੇ ਆਪਾਂ ਕੈਮੀਕਲ ਲੱਗਦਾ ਹੁੰਦਾ ਇੱਕ, ਠੀਕ ਹੈ ਵੀਰੇ, ਉਹ ਕੈਮੀਕਲ ਲਾ ਕੇ ਉਹ ਟਪਾ ਦਿੰਦੇ ਆ ਫਿਰ ਛੇਤੀ ਸਿਉਂਕ ਵੀ ਨੀ ਪੈਂਦੀ ਇਹਨੂੰ, ਠੀਕ ਹੈ, ਤੇ ਜੜ ਵਾਲਾ ਵਾਂਸ ਹੁੰਦਾ ਉਹਦੇ ਤੇ ਵੇਟ ਜਿੰਨਾ ਮਰਜ਼ੀ ਪਾ ਲਓ। ਇਹ ਇਹ ਚੀਜ਼ ਤਾਂ ਬਾਈ ਉਵੇਂ ਵੀ ਹੈ, ਹੁਣ ਜਿਹੜਾ ਬੰਦਾ ਮਿਸਤਰੀ ਹੈ ਉਹ ਪ੍ਰੋਫੈਸ਼ਨਲ ਹੈ, ਉਹਨੂੰ ਐਕਸਪੀਰੀਅੰਸ ਆ, ਜਿਵੇਂ ਤੂੰ ਤੁਹਾਨੂੰ ਐਕਸਪੀਰੀਅੰਸ, ਤੁਸੀਂ ਕੰਮ ਕਰਦੇ ਰਹਿੰਦੇ ਹੈ ਨਾ, ਤੁਸੀਂ ਗਾਂਹ ਨੂੰ ਹੋਰ ਕੋਈ ਐਕਸਪੈਰੀਮੈਂਟ ਕਰੋਗੇ। ਆਮ ਬੰਦਾ ਜਿਹੜਾ ਉਹ ਸਿੱਧਾ ਵੀਡੀਓ ਦੇਖ ਕੇ ਸਮਾਨ ਕਿਤੋਂ ਵੀ ਲਿਆਉਂਦਾ, ਅਤੇ ਉਹਨੂੰ ਵੀ ਆਪਾਂ ਕਹਿ ਦਿੰਦੇ ਹਾਂ ਵੀ ਉਹਨੂੰ ਚਪੇਤ ਆ ਸਮਾਨ, ਹਾਂਜੀ ਚਪੇਤੇ ਵਾਲੀ ਗੱਲ, ਚਪੇਤੇ ਵਾਲੀ ਗੱਲ ਹੋ ਜਾਂਦੀ ਹੈ ਨਾ, ਵੀ ਅਗਲਾ ਕਹਿ ਦਿੰਦਾ ਫਿਰ ਵੀ ਮੈਂ ਸਸਤਾ ਲੈ ਆਇਆ ਤੁਸੀਂ, ਹਾਂ ਲੱਗੀ ਫੱਬੀ ਆ ਬਾਈ, ਇਹਦੇ ਜੇ ਕੰਮ ਸਮਾਨ ਸਸਤਾ ਵੀ ਹੈ ਤੇ ਬਹੁਤ ਮਹਿੰਗਾ ਵੀ ਹੈ, ਮਹਿੰਗਾ ਵੀ ਹੈ, ਇਹ ਬਾਂਸ ਦਾ ਕੋਈ ਅੰਤ ਨਹੀਂ ਹੈ ਕਿਉਂਕਿ ਬਾਈ ਝੋਪੜੀ ਬਾਂਸ ਤੋਂ ਤਿਆਰ ਹੁੰਦੀ ਹੈਗੀ। ਆ ਸ਼ੈੱਡ ਆਪਾਂ 700-800 ਸਕੁਅਰ ਫੁੱਟ ਦਾ ਸ਼ੈੱਡ ਵਿਖਾਈ ਜਾਂਦੇ ਹਾਂ, ਸਿਰਫ 40,000 ਚ ਇਹ ਝੋਪੜੀ ਬਣਾਉਣੀ ਹੋਵੇ 15x15 ਦੀ ਬਾਈ, ਉਹ ਰੁਪਈਆ ਜਾਵੜ ਦੀ 50,000 ਦੀ, ਪਰ ਸ਼ੌਂਕ ਦਾ ਮੁੱਲ ਨਹੀਂ ਹੈਗਾ, ਇਹ ਕੰਮ ਸ਼ੌਂਕੀ ਬੰਦੇ ਦਾ ਹੀ ਆ। ਤੇ ਬਾਈ ਯਾਰ ਨੈਗੇਟਿਵ ਕਮੈਂਟ ਬਹੁਤ ਕਰਦੇ ਬਾਈ, ਉਹ ਉਸੇ ਵਜ੍ਹਾ ਨਾਲ ਹੀ ਕਰਦੇ ਆ ਨਾ, ਫਿਰ ਵੀ ਉਹ ਹੁਣ ਸਸਤਾ ਮਾਲ ਲਿਆਉਂਦੇ, ਸਸਤਾ ਮਾਲ ਲਿਆਉਂਦੇ ਕਰਕੇ ਨੌਲੇਜ ਹੈ ਨਹੀਂ ਵੀ ਇਹ ਮਾਲ ਦੀ ਕੁਆਲਿਟੀ ਕਿਹੋ ਜੀ ਹੈ, ਤੇ ਆਪਣਾ ਫਿਰ ਜ਼ਿੰਮੇਵਾਰੀ ਵਾਲਾ ਕੰਮ ਫਿਰ ਆਪਾਂ ਮਾਲ ਵਧੀਆ ਬਕਾਇਦਾ, ਇਸੇ ਕਰਕੇ ਆਪਾਂ ਨੰਬਰ ਦਿੱਤਾ ਹੋਇਆ ਜਿਹੜਾ ਕੋਈ ਨੈਗੇਟਿਵ ਕਮੈਂਟ ਕਰਦਾ ਨਾ ਬਾਈ ਯਾਰ ਤੁਸੀਂ ਕੰਮ ਵੇਖੋ ਆ ਕੇ, ਫਿਰ ਤੁਹਾਨੂੰ ਰੂਹ ਖੁਸ਼ ਹੋਊਗੀ ਵਾਕਈ ਵੀ ਕੰਮ ਹੋਇਆ ਹੋਇਆ। ਠੀਕ ਹੈ ਜੀ, ਤੇ ਬਾਈ ਆਪਣੀ ਸਰਵਿਸ ਹੈ ਜਿਹੜੀ ਉਹ ਤੁਸੀਂ ਦੱਸਿਆ ਸੀ ਨਾ 3 ਸਟੇਟਾਂ ਦੇ ਵਿੱਚ ਆਪਾਂ ਜਾਂਦੇ ਰਹਿੰਦੇ ਹਾਂ, ਬਾਕੀ ਆਪਾਂ ਯੂਪੀ 'ਚ ਵੀ ਕੰਮ ਕਰਨ ਦੀ ਹੁਣ ਸੋਚੀ ਅੱਗੇ, ਯੂਪੀ 'ਚ ਵੀਰੇ ਕੰਮ ਤਾਂ ਆਇਆ ਪਿਆ, ਫਿਲਹਾਲ ਆਪਾਂ ਦੇਖਦੇ ਹਾਂ ਕੀ ਬਣਦਾ, ਕੀ ਰੇਟ ਭਰਦਾ ਬੰਦਾ। ਵੀ ਯੂਪੀ ਤੋਂ ਇਲਾਵਾ ਆਪਾਂ ਹਰਿਆਣਾ, ਪੰਜਾਬ, ਰਾਜਸਥਾਨ, ਤਾਂ ਇਹ 3 ਸਟੇਟਾਂ ਦਾ ਆਪਣਾ ਹੈਗਾ ਹੀ ਆ ਬਾਈ। ਠੀਕ ਹੈ ਜੀ, ਤੇ ਬਾਕੀ ਇੱਕ ਆਪਾਂ ਹੋਰ ਗੱਲ ਦੱਸਦੇ ਹਾਂ ਬਾਈ, ਕਈ ਕਹਿੰਦੇ ਖਰਚਾ ਬਾਈ ਸੇਮ ਪ੍ਰੋਸੈਸ ਆ ਜਾਂਦਾ ਬਾਈ, ਆਪਾਂ 40,000 ਦੀ ਛੱਤ ਦੇਖੀ ਜਾਂਦੇ ਹਾਂ, ਗਾਡਰ ਆਪਣੇ ਕੋਲ ਪਏ ਸੀਗੇ ਬਾਈ ਨੇ ਪਿਛਲੇ ਘਰ ਚੋਂ ਕੱਢ ਕੇ ਲੈਂਦੇ, ਘਰ ਇੱਥੇ ਪਾਇਆ ਗਾਡਰ, ਉਹ 20 ਸਾਲ ਪੁਰਾਣੇ ਅੱਜ ਫਿਰ ਕੱਢ ਕੇ ਪਾਲੇ, ਗਾਡਰ ਸੇਫ ਮਣੀ ਆ ਬਾਈ, ਜਦੋਂ ਮਰਜ਼ੀ ਆਪਦੇ ਕੋਲੇ ਪੈਸੇ ਆ ਗਾਡਰਾਂ ਦੇ, ਜੇ ਬਾਈ ਨੇ ਯਾਰ 50,000 ਦੇ ਗਾਡਰ ਵੀ ਪਾਇਆ, 50,000 ਵੀ ਆ ਛੱਤ ਤੇ ਟੰਗਿਆ ਪਿਆ, ਟੰਗਿਆ ਪਿਆ ਵੀ ਕਦੋਂ ਮਰਜ਼ੀ ਆਪਾਂ ਡਾਟ ਲਾਈਏ, ਆ ਪਿਛਲੇ ਕਮਰੇ ਡਾਟ ਲਾਈ ਬੈਠਾ, ਉਹਦੇ 'ਚ ਨਿਬੜਨਾ ਕੁਛ ਨਹੀਂ ਬਾਈ, ਕੁਛ ਨਹੀਂ ਨਿਬੜਦਾ, ਠੀਕ ਆ, ਤੇ ਇਹ ਠੰਡਾ ਵੀ ਆ, ਤੇ ਜਦੋਂ ਆ ਗਈ ਗਰਮੀ ਵੀ ਕੁਦਰਤ ਨਾਲ ਵੀ ਸਿਸਟਮ ਜੁੜਿਆ ਪਿਆ ਪੂਰਾ, ਉਦੋਂ ਗਰਮ ਵੀ ਹੋਣਾ ਇਹਨੇ, ਬਾਕੀ ਮਜ਼ਬੂਤੀ 'ਚ ਤਾਂ ਕੋਈ ਡਾਊਟ ਨਹੀਂ, ਤੁਸੀਂ ਆਪਾਂ ਲੇਅਰ ਵੇਖ ਸਕਦੇ ਹਾਂ ਬਾਈ, ਆਪਾਂ ਗਾਰੰਟੀ ਯਾਰ ਫੋਲੋ ਕਰ ਰਹੇ ਹਾਂ ਇਸ ਟਾਈਮ 'ਚ ਤਾਂ, ਤੇ ਬਾਕੀ ਆਉਣ ਵਾਲੇ ਕੰਮਾਂ 'ਤੇ ਬਾਈ ਇੱਦੂ ਵੀ ਪ੍ਰੋਸੈਸ ਜਿਹੜਾ ਕੰਮ ਅੱਜ ਦੇਖੀ ਜਾਂਦੇ ਹਾਂ, ਆਉਣ ਵਾਲੇ ਕੰਮ 'ਚ ਤਜਰਬਾ ਮੁਤਾਬਕ ਵੀ ਮਹਾਰਾਜ ਵੀ ਸਾਥ ਦਿੰਦਾ ਅਤੇ ਵਧੀ ਜਾਂਦਾ, ਅਤੇ ਉਵੇਂ ਫਿਰ ਦਿਮਾਗ ਵਧਿਆ, ਤਾਂ ਆਪਾਂ ਉਵੇਂ ਝੋਪੜੀ ਟੈਪ ਵੀ ਪੂਰਾ ਘੈਂਟ ਕੰਮ ਕਰਕੇ ਵਿਖਾਵਾਂਗੇ ਛੱਡਾਂ 'ਚ ਵੀ, ਉਹ ਇੰਨਾ ਕਿਸੇ ਨੇ ਪਾਉਣੀਆਂ ਭੁੱਲ ਜਾਣਗੇ ਆਉਣ ਵਾਲੇ ਟਾਈਮ ਨੂੰ। ਠੀਕ ਹੈ ਜੀ, ਅਤੇ ਬਾਈ ਜੀ ਆਪਣਾ ਨੰਬਰ ਇੱਕ ਵਾਰੀ ਦੱਸ ਦਿਓ, ਬਾਕੀ ਆਪਾਂ ਸਕਰੀਨ 'ਤੇ ਦੇ ਦਾਂਗੇ। ਨੰਬਰ 86999-6059। ਠੀਕ ਹੈ ਜੀ, ਅਤੇ ਲਓ ਜੀ ਇਹ ਸ਼ੈੱਡ ਸੀਗਾ ਅੱਜ ਆਪਣਾ ਚੌਥਾ ਸ਼ੈੱਡ ਸੀ ਮੈਨੂੰ ਲੱਗਦਾ ਹੈ ਨਾ, ਅਤੇ ਹੋਰ ਵੀ ਆਪਾਂ ਤੁਹਾਨੂੰ ਛੋਟੇ ਸ਼ੈੱਡ ਵੀ ਦਿਖਾਵਾਂਗੇ, ਵੱਡੇ ਵੀ ਦਿਖਾਵਾਂਗੇ, ਜਿਨ੍ਹਾਂ ਦੇ ਵਿੱਚ ਡਿਫਰੈਂਟ ਤਰ੍ਹਾਂ ਦਾ ਕੰਮ ਹੋਇਆ ਵਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਸੋ ਸਾਰੀਆਂ ਵੀਡੀਓ ਤੁਸੀਂ ਜ਼ਰੂਰ ਦੇਖਿਓ ਅਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ, ਧੰਨਵਾਦ ਜੀ ਸਾਰਿਆਂ ਦਾ।